ਸਰ ਤੁਹਾਡਾ ਗੁੱਡ ਨੇਮ ਜੀ? ਮੇਰਾ ਨਾਮ ਅਜੈਬ ਸਿੰਘ ਬਠੋਈ। ਸਰ ਤੁਸੀਂ ਪਟਿਆਲੇ ਤੋਂ ਆਜ਼ਾਦ ਦੇ ਵਿੱਚ ਉਮੀਦਵਾਰ ਖੜ੍ਹੇ ਹੋਏ ਹੋਗੇ, ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ? ਸੋ ਹਲਕਾ ਲੋਕ ਸਭਾ ਹਲਕਾ ਪਟਿਆਲਾ ਦੇ ਹਲਕਾ ਨਿਵਾਸੀ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ। ਜੋ ਅੱਜ ਤੁਸੀਂ ਸਵਾਲ ਪੁੱਛਿਆ ਲੋਕ ਸਭਾ ਹਲਕੇ ਬਾਰੇ ਕਿ ਤੁਸੀਂ ਇਲੈਕਸ਼ਨ ਵਿੱਚ ਖੜ੍ਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਜੇ ਮੈਂ ਅੱਜ ਮੈਦਾਨ ਦੇ ਵਿੱਚ ਆਇਆ, ਇਹ ਮੇਰਾ ਆਪਣਾ ਫੈਸਲਾ ਨਹੀਂ, ਮੇਰੇ ਸਮਾਜ ਨੇ SC ST ਮਾਇਨੋਰਿਟੀ OBC ਸਮਾਜ ਔਰ ਖਾਸ ਕਰਕੇ ਮਜ਼ਦੂਰ ਵਰਗ ਨਰੇਗਾ ਵਰਕਰਾਂ ਨੇ ਜੋ ਫੈਸਲਾ ਕੀਤਾ ਕਿ ਅਜੈਬ ਸਿੰਘ ਬਠੋਈ ਇਸ ਵਾਰ ਤੁਸੀਂ ਮੈਦਾਨ ਵਿੱਚ ਆਓ, ਇਸ ਵਾਰ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ, ਕਿਉਂਕਿ ਅਸੀਂ ਹਰ ਇੱਕ ਪਾਰਟੀ ਤੋਂ ਦੁਖੀ ਹੋ ਚੁੱਕੇ ਹਾਂ, ਹਰੇਕ ਪਾਰਟੀ ਨੇ ਸਾਨੂੰ ਲੁੱਟਿਆ ਅਤੇ ਕੁੱਟਿਆ, ਇਸ ਵਾਰ ਲੋਕ ਨੋਟਾਂ ਨੂੰ ਵੋਟ ਪਾਉਣ ਨੂੰ ਤਿਆਰ ਨੇ, ਤਾਂ ਇਸ ਕਰਕੇ ਮੈਂ ਮੈਦਾਨ ਦੇ ਵਿੱਚ ਆਇਆ। ਅਜੈਬ ਸਿੰਘ ਜੀ, ਦੇਖੋ ਲੰਮੇ ਸਮੇਂ ਤੋਂ ਸਾਡਾ 1966 ਦੇ ਵਿੱਚ ਪੰਜਾਬ ਬਣਿਆ, ਸਟੇਟ ਬਣੀ, ਉਸ ਤੋਂ ਬਾਅਦ ਅਕਾਲੀ ਕਾਂਗਰਸ, ਕਾਂਗਰਸ ਅਕਾਲੀ, ਜਿਹੜੇ ਲੋਕ ਸੀ ਉਹਨਾਂ ਤੋਂ ਦੁਖੀ ਹੋ ਗਏ ਸੀ, ਉਹੀ ਪਾਰਟੀਆਂ ਜਿਸ ਤਰ੍ਹਾਂ ਕੋਈ ਸਮਝੌਤਾ ਹੋਇਆ ਹੁੰਦਾ, ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਚੁਣਿਆ ਜਿਹਨੂੰ 92 ਸੀਟਾਂ ਦਿੱਤੀਆਂ, 92 ਸੀਟਾਂ ਤੋਂ ਬਾਅਦ ਵੀ ਲੋਕ ਹੁਣ ਇਹਨਾਂ ਤੋਂ ਵੀ 25 ਮਹੀਨਿਆਂ ਦੇ ਵਿੱਚ ਦੁਖੀ ਹੋ ਗਏ, ਅਤੇ ਹੁਣ ਲੋਕਾਂ ਦਾ ਕਿਸੇ ਵੀ ਪਾਰਟੀ ਵੱਲ ਮਨ ਨਹੀਂ ਹੈ, ਉਹਦੇ ਬਾਰੇ ਕੀ ਕਹੋਗੇ ਸਰ? ਸਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਸਰਕਾਰ ਬਣਾਈ ਹੈ, ਲੋਕਾਂ ਨੂੰ ਇੱਕ ਉਮੀਦ ਸੀ ਕਿ ਇਹ ਪਾਰਟੀ ਸਾਡੇ ਹੱਕਾਂ ਪ੍ਰਤੀ ਕੋਈ ਕੰਮ ਕਰੂਗੀ, ਗਰੀਬਾਂ ਮਜ਼ਦੂਰਾਂ ਮਜ਼ਲੂਮਾਂ ਨੂੰ ਇਨਸਾਫ ਦਊਗੀ, ਪਰ ਲੇਕਿਨ ਇਸ ਪਾਰਟੀ ਨੇ ਉਹਨਾਂ ਨਾਲੋਂ ਵੀ ਮਾੜੇ ਕੰਮ ਕੀਤੇ ਨੇ, ਉਹਨਾਂ ਤੋਂ ਵੀ ਗਲਤ ਕੰਮ ਕਰ ਰਹੀ ਹੈ, ਧੱਕੇਸ਼ਾਹੀਆਂ, ਜਿੰਨੇ ਐਜੀਟੇਸ਼ਨਾਂ ਧਰਨੇ ਮੁਜ਼ਾਰੇ, ਜਿੰਨੇ ਆਂਗਨਵਾੜੀ ਵਰਕਰਾਂ ਨੇ, ਆਸ਼ਾ ਵਰਕਰਾਂ ਨੇ, ਸਾਡੇ ਟੀਚਰ ਭਰਾ ਨੇ, ਮਜ਼ਦੂਰ ਵਰਗ ਨੇ, ਚਾਹੇ ਕਿਸਾਨ ਨੇ, ਉਹਨਾਂ ਸਰਕਾਰਾਂ ਵਿੱਚ ਨਹੀਂ ਕੁੱਟੇ ਜਿਹਨੇ ਇਸ ਸਰਕਾਰ ਨੇ 2.5 ਸਾਲ ਦੇ ਵਿੱਚ ਕੁੱਟੇ ਨੇ, ਇਸ ਕਰਕੇ ਲੋਕ ਦੁਖੀ ਹੋ ਚੁੱਕੇ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਨਕਾਰਨ ਲਈ। ਅਜੈਬ ਸਿੰਘ ਜੀ, ਜਿਵੇਂ ਹੁਣ ਲੋਕ ਅਕਾਲੀ ਦਲ, ਕਾਂਗਰਸ, ਬਸਪਾ ਦੇ ਵੀ ਇੱਥੇ ਇੱਕ ਸਮਾਂ ਆਇਆ ਸੀ, ਅਕਾਲੀ ਦਲ ਨਾਲ ਸਮਝੌਤਾ ਸੀ, 7 ਤੋਂ 8 ਸੀਟਾਂ ਮਿਲੀਆਂ ਸੀਗੀਆਂ, ਅਤੇ ਹੁਣ ਲੋਕ ਨੇ ਜਿਹੜੇ ਬਹੁਤ ਮਜੂਸ ਨੇ, ਲੋਕਾਂ ਨੂੰ ਦੇਖੋ, ਲੋਕ ਆਟਾ ਦਾਲ ਨਹੀਂ ਚਾਹੁੰਦੇ, ਲੋਕ ਬੱਸਾਂ ਦੇ ਸਫ਼ਰ ਨਹੀਂ ਚਾਹੁੰਦੇ, ਲੋਕ ਕਹਿੰਦੇ ਸਾਡੇ ਪੜ੍ਹੇ BA BCOM ਜਿਹੜੇ ਬੱਚੇ ਨੇ ਉਹਨਾਂ ਨੂੰ ਨੌਕਰੀ ਦਿਓ, ਉਹਦੇ ਬਾਰੇ ਕੀ ਕਹੋਗੇ? ਇਹ ਸਭ ਤੋਂ ਵੱਡਾ ਸਵਾਲ ਆ ਤੁਹਾਡਾ ਜੋ ਕੀਤਾ, ਬੜਾ ਵਾਜਬ ਸਵਾਲ ਹੈ, ਅੱਜ ਬੜੀ ਜ਼ਰੂਰਤ ਹੈ ਪੂਰੇ ਦੇਸ਼ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਇੰਨੀ ਬੇਰੁਜ਼ਗਾਰੀ ਹੈ, ਪੜ੍ਹੇ ਲਿਖੇ ਨੌਜਵਾਨ ਧੱਕੇ ਖਾ ਰਹੇ ਨੇ, ਪੈਲਸਾਂ ਦੇ ਵਿੱਚ ਖਾਸ ਕਰਕੇ ਮਜ਼ਦੂਰ ਵਰਗ ਦੇ ਬੱਚੇ ਭਾਂਡੇ ਮਾਜ ਰਹੇ ਨੇ ਡਿਗਰੀਆਂ ਕਰਕੇ, ਕਿਉਂਕਿ ਅੱਜ ਇਹਨਾਂ ਨੇ ਸਿਰਫ ਪਾਰਟੀਆਂ ਨੇ ਵੋਟਾਂ ਲੈਣ ਦੇ ਮਾਰੇ ਆਟਾ ਸ਼ੁਰੂ ਕਰਤਾ, ਦਾਲ ਦੇ ਦੀ, ਬਿਜਲੀ ਫ੍ਰੀ ਕਰਾਂਗੇ, ਬੱਸਾਂ ਦਾ ਕਿਰਾਇਆ ਮਾਫ਼ ਕਰਾਂਗੇ, ਜਦਕਿ ਇਹਨਾਂ ਨੂੰ ਚਾਹੀਦਾ, ਮੈਂ ਇਸ ਚੀਜ਼ ਦਾ ਖੁਦ ਵਿਰੋਧੀ ਹਾਂ, ਮੈਂ ਵਿਰੋਧ ਕਰਦਾ ਕਿ ਸਾਨੂੰ ਫ੍ਰੀ ਚੀਜ਼ ਕਿਸੇ ਕੋਈ ਨਹੀਂ ਚਾਹੀਦੀ, ਨਾ ਆਟਾ ਚਾਹੀਦਾ, ਨਾ ਦਾਲ ਚਾਹੀਦੀ, ਅਸੀਂ ਚਾਹੁੰਦੇ ਹਾਂ ਬੱਚਿਆਂ ਨੂੰ ਰੁਜ਼ਗਾਰ ਮਿਲੇ। ਇਹ ਅਜੈਬ ਸਿੰਘ ਜੀ, ਤੁਸੀਂ ਪਟਿਆਲੇ ਤੋਂ ਪਾਰਲੀਮੈਂਟ ਸੀਟ ਚੋਣ ਲਈ ਲੜਨ ਲਈ ਖੜ੍ਹੇ ਹੋਏ ਹੋ, ਜੇ ਪਰਮਾਤਮਾ ਭਲੀ ਕਰੇ ਤੁਸੀਂ MP ਬਣ ਜਾਂਦੇ ਹੋ, ਤਾਂ ਕੀ ਕਰੋਗੇ ਲੋਕਾਂ ਲਈ ਸੱਚੇ ਦਿਲੋਂ? ਸਭ ਤੋਂ ਪਹਿਲਾਂ ਅਸੀਂ ਜੋ ਪੰਜਾਬ ਦੇ ਨੌਜਵਾਨ ਨੇ, ਸਾਡੇ ਤੋਂ ਦੇਖ ਨਹੀਂ ਹੁੰਦਾ, ਪੜ੍ਹ ਲਿਖ ਕੇ ਉਹਨਾਂ ਦੇ ਮਾਂ ਪਿਓ ਕਿਵੇਂ ਪੜ੍ਹਾਉਂਦੇ ਨੇ, ਕਰਜ਼ੇ ਲੈ ਕੇ ਘਰ ਬਾਰ ਵੇਚ ਕੇ ਬੱਚੇ ਪੜ੍ਹਾਉਂਦੇ ਨੇ, ਜਦੋਂ ਪੜ੍ਹ ਜਾਂਦਾ ਤਾਂ ਉਹ ਖੇਤਾਂ ਦੇ ਵਿੱਚ ਝੋਨਾ ਲਾਉਂਦਾ, ਚੌਂਕ ਦੇ ਵਿੱਚ ਖੜ੍ਹ ਕੇ ਮਜ਼ਦੂਰੀ ਕਰਦਾ, ਪੈਲਸਾਂ ਦੇ ਵਿੱਚ ਭਾਂਡੇ ਮਾਂਜਦਾ। ਅਸੀਂ ਸਭ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਕਿਉਂਕਿ ਰੁਜ਼ਗਾਰ ਦੀ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ, ਸਰਕਾਰ ਦੀ ਨੀਅਤ 'ਚ ਖੋਟ ਹੈ, ਇਹਨਾਂ ਲੀਡਰਾਂ ਦੀ ਨੀਅਤ ਮਾੜੀ ਹੈ, ਹਰ ਮਹਿਕਮੇ ਦੇ ਵਿੱਚ ਲੱਖਾਂ ਲੱਖਾਂ ਮੁੰਡਾ ਭਰਤੀ ਹੋ ਸਕਦਾ,
ਪਰ ਇਹ ਕਰਨਾ ਨਹੀਂ ਚਾਹੁੰਦੇ। ਚਾਹੇ ਬਿਜਲੀ ਬੋਰਡ ਲਾ ਲਓ, ਚਾਹੇ ਨਹਿਰੀ ਵਿਭਾਗ ਲਾ ਲਓ, ਚਾਹੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਹਰ ਡਿਪਾਰਟਮੈਂਟ ਦੇ ਵਿੱਚ ਇੰਨੀਆਂ ਪੋਸਟਾਂ ਪਈਆਂ ਨੇ, ਹਰ ਨੌਜਵਾਨ ਨੌਕਰੀ ਲੱਗ ਸਕਦਾ, ਪਰ ਇਹਨਾਂ ਨੇ ਜਾਣ ਕੇ ਜਿਉਂਦਾ ਰੱਖਿਆ ਕਿ ਸਾਨੂੰ ਵੋਟਾਂ ਦਿੰਦੇ ਰਹੋ, ਆਟਾ ਲੈ ਲਓ, ਦਾਲ ਲੈ ਲਓ, ਭੁੱਖੇ ਮਰੋ। ਇਹਨਾਂ ਦੀ ਸੋਚ ਮਾੜੀ ਹੈ, ਨੀਅਤ ਸਾਫ਼ ਨਹੀਂ। ਅਸੀਂ ਸਭ ਤੋਂ ਪਹਿਲਾਂ ਨੌਜਵਾਨ ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ। ਸਰ, ਤੁਸੀਂ ਦਾਸ ਟੇਲਰ ਨਿਊਜ਼ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਜਿੱਤੋ, ਅਤੇ ਸਰਕਾਰ ਕੰਨਿਓ ਅਸੀਂ ਇਹੀ ਤੁਹਾਨੂੰ ਕਹਿੰਦੇ ਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰੋ। ਧੰਨਵਾਦ ਜੀ। ਧੰਨਵਾਦ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.